ਸਾਰਿਆਂ ਦਾ ਸੋ ਸਟੂਡੈਂਟਸ ਤੁਸੀਂ ਸਾਰੇ ਜਾਣਦੇ ਹੋ ਕੈਨੇਡਾ ਤੇ ਇੰਡੀਆ ਦਾ ਜਿਹੜਾ ਇਸ ਵਕਤ ਇਸ਼ੂ ਚੱਲ ਰਿਹਾ ਗੱਲ ਕਰਾਂਗੇ ਇਹਦੇ ਨਾਲ ਸਟੱਡੀ ਵੀਜ਼ਾ ਤੇ ਕੀ ਅਸਰ ਪੈ ਸਕਦਾ ਹੈ ਬਹੁਤ ਸਾਰੇ ਸਟੂਡੈਂਟਸ ਕਮੈਂਟ ਕਰਕੇ ਇਹ ਚੀਜ਼ ਸਮਝਣਾ ਚਾਹੁੰਦੇ ਨੇ ਪੁੱਛਣਾ ਚਾਹੁੰਦੇ ਨੇ ਸੋ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਦੇ ਪੁਆਇੰਟ ਆਫ ਵਿਊ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਪੂਰਾ ਸਿਨੈਰੀਓ ਇਸ ਵਕਤ ਕੀ ਹੋ ਸਕਦਾ ਹੈ ਪ੍ਰੈਜ਼ੈਂਟ ਸਿਚੁਏਸ਼ਨ ਕੀ ਹੈ ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫਿਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸੋ ਸਨੇਹਾ ਜੀ ਪ੍ਰੈਜ਼ੈਂਟਲੀ ਤੁਹਾਨੂੰ ਵੀ ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟਸ ਆ ਰਹੇ ਨੇ ਜਿਹੜੇ ਬਹੁਤ ਜ਼ਿਆਦਾ ਕਨਸਰਨਡ ਨੇ ਦੋਵੇਂ ਤਰ੍ਹਾਂ ਦੇ ਸਟੂਡੈਂਟਸ ਦੇ ਕਮੈਂਟ ਆ ਰਹੇ ਨੇ ਜਿਨ੍ਹਾਂ ਦੀ ਫਾਈਲ ਲੱਗੀ ਹੋਈ ਹੈ ਜਾਂ ਜਿਹੜੇ ਹਜੇ ਪਲਾਨ ਕਰ ਰਹੇ ਨੇ ਸੋ ਤੁਹਾਨੂੰ ਕੀ ਲੱਗਦਾ ਪ੍ਰੈਜ਼ੈਂਟ ਸਿਚੁਏਸ਼ਨ ਦਾ ਕੋਈ ਇੰਡੀਕੇਸ਼ਨ ਹੈ ਕਿਸੇ ਲੈਵਲ ਤੇ ਚਾਹੇ ਉਹ ਪ੍ਰੋਸੈਸਿੰਗ ਲੈਵਲ ਤੇ ਹੋਵੇ ਕਿਤੇ ਫਰਕ ਦਿਖ ਰਿਹਾ ਹੈ ਜਾਂ ਪੈ ਸਕਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਸਰ ਦੇਖੋ ਨੋ ਡਾਊਟ ਬਹੁਤ ਕਮੈਂਟਸ ਆ ਰਹੇ ਆ ਹੁਣ ਸਟੂਡੈਂਟਸ ਦੇ ਪੇਰੈਂਟਸ ਵੀ ਵਰਿਡ ਹੈਗੇ ਆ ਜਿਨ੍ਹਾਂ ਦੀਆਂ ਫਾਈਲਸ ਲੱਗੀਆਂ ਉਹ ਸਟੂਡੈਂਟ ਜ਼ਿਆਦਾ ਵਰਿਡ ਹੈਗੇ ਆ ਕਿਉਂਕਿ ਉਹਨਾਂ ਨੂੰ ਇਹ ਹੈਗਾ ਕਿ ਹੋ ਸਕਦਾ ਸਾਡਾ ਇਸ ਚੀਜ਼ ਦਾ ਵੀਜ਼ੇ ਤੇ ਇਫੈਕਟ ਪਵੇ ਔਰ ਜਿਨ੍ਹਾਂ ਨੇ ਫਾਈਲਸ ਲਗਾਉਣੀਆਂ ਵਾ ਉਹ ਵੀ ਹੁਣ ਸੋਚ ਰਹੇ ਆ ਕਿ ਫਾਈਲਸ ਲਗਾਈਏ ਬਟ ਇਹ ਇੱਕ ਡਿਫਰੈਂਟ ਸਿਨੈਰੀਓ ਹੈਗਾ ਇਹਦਾ ਵੀਜ਼ਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਪ੍ਰੈਜ਼ੈਂਟਲੀ ਪ੍ਰੋਸੈਸ ਚੱਲ ਰਿਹਾ ਵਾ ਆਈਆਰਸੀਸੀ ਨੇ ਕੋਈ ਇਦਾਂ ਦੀ ਅਨਾਊਂਸਮੈਂਟ ਨਹੀਂ ਕੀਤੀ ਹੈ ਕਿਉਂਕਿ ਇੰਨੀਆਂ ਨਿਊਜ਼ਸ ਆ ਰਹੀਆਂ ਨਿਊਜ਼ਸ ਦੇ ਵਿੱਚ ਤੇ ਇਹ ਵੀ ਆ ਰਿਹਾ ਕਿ ਸਟੂਡੈਂਟ ਨੂੰ ਬੈਨ ਹੀ ਕਰਤਾ ਗਿਆ ਵਾ ਬਟ ਇਦਾਂ ਦਾ ਕੁਝ ਵੀ ਨਹੀਂ ਆ ਸ਼ਾਇਦ ਲੋਕ ਪੂਰੀ ਨਿਊਜ਼ ਨੂੰ ਸਹੀ ਤਰੀਕੇ ਨਾਲ ਨਹੀਂ ਸਮਝ ਰਹੇ ਆ ਔਰ ਉਹਦਾ ਸਟੂਡੈਂਟ ਵੀਜ਼ੇ ਤੇ ਇਹਦਾ ਕੋਈ ਇਫੈਕਟ ਨਹੀਂ ਅਗਰ ਉਹਨਾਂ ਨੇ ਬੈਨ ਇੰਡੀਆ ਨੇ ਲਗਾਇਆ ਵਾ ਤਾਂ ਉਹ ਸਿਟੀਜ਼ਨ ਜਿਹੜੇ ਉੱਥੇ ਦੇ ਹੈਗੇ ਆ ਉਹਨਾਂ ਨੂੰ ਇੰਡੀਆ ਆਉਣ ਲਈ ਮਨਾ ਕੀਤਾ ਗਿਆ ਵਾ ਸੋ ਇਹ ਬਿਲਕੁਲ ਅਲੱਗ ਸਿਨੈਰੀਓ ਹੈਗਾ ਵਾ ਸਟੂਡੈਂਟ ਵੀਜ਼ੇ ਤੇ ਇਹਦਾ ਬਿਲਕੁਲ ਵੀ ਇਫੈਕਟ ਨਹੀਂ ਆ ਸਕਦਾ ਸੋ ਆਉਣ ਵਾਲੇ ਸਮੇਂ 'ਚ ਸਟੂਡੈਂਟ ਪੁੱਛ ਰਹੇ ਨੇ ਤੁਹਾਨੂੰ ਐਜ਼ ਅ ਇਮੀਗ੍ਰੇਸ਼ਨ ਕੰਸਲਟੈਂਟ ਜਿਹੜਾ ਬਿਜ਼ਨਸ ਹੈ ਇਸ ਲਿਹਾਜ਼ ਨਾਲ ਕਿਵੇਂ ਲੱਗਦਾ ਸਰ ਦੇਖੋ ਜਿਹੜੀ ਇੰਡਸਟਰੀ ਹੈਗੀ ਆ ਉੱਥੇ ਸਟੂਡੈਂਟ ਜਿਹੜਾ ਇੰਟਰਨੈਸ਼ਨਲ ਗਿਆ ਹੋਇਆ ਵਾ ਪੰਜਾਬ ਤੋਂ ਹਰਿਆਣਾ ਤੋਂ ਗੁਜਰਾਤ ਤੋਂ ਸਭ ਤੋਂ ਜ਼ਿਆਦਾ ਰੇਸ਼ੋ ਹੈਗੀ ਆ ਸੋ ਉਹਨਾਂ ਨੂੰ ਇੱਕ ਉੱਥੇ ਇੱਕ ਇਹ ਸੈਕਿੰਡ ਥਰਡ ਇੰਡਸਟਰੀ ਬਣ ਚੁੱਕੀ ਆ ਸੋਰਸ ਆਫ ਇਨਕਮ ਦੀ ਸੋ ਇੰਨੀ ਫੀਸ ਇੱਕ ਸਟੂਡੈਂਟ ਨਾ ਨਾ ਕਰਦੇ ਹੋਏ ਵੀ 10-15 ਲੱਖ ਫੀਸ ਦਿੰਦਾ ਵਾ 20-25 ਲੱਖ ਖਰਚ ਕੇ ਜਾ ਰਿਹਾ ਵਾ ਸੋ ਤੁਸੀਂ ਆਪੇ ਸੋਚੋ ਕਿ ਉਹਨਾਂ ਨੂੰ ਬਿਲੀਅਨ ਉਹਦਾ ਪ੍ਰੋਫਿਟ ਵੀ ਹੁੰਦਾ ਵਾ ਤਾਂ ਇਹ ਇੰਡਸਟਰੀ ਬਿਲਕੁਲ ਨਹੀਂ ਬੰਦ ਹੋ ਸਕਦੀ ਸਟੂਡੈਂਟ ਬੈਨ ਨਹੀਂ ਹੋ ਸਕਦਾ ਜਿਹੜਾ ਉੱਥੇ ਸਟੂਡੈਂਟ ਇਸ ਟਾਈਮ ਹੈਗਾ ਵੀ ਆ ਉੱਤੇ ਵੀ ਉਹਦਾ ਕੋਈ ਇਫੈਕਟ ਨਹੀਂ ਪੈਣਾ ਵਾ ਹਾਂ ਬਟ ਇਹ ਆ ਕਿ ਹਾਲੇ ਤਾਂ ਕੋਈ ਪ੍ਰੋਸੈਸ ਦੇ ਵਿੱਚ ਫਰਕ ਨਹੀਂ ਪਿਆ ਆਉਣ ਵਾਲੇ ਟਾਈਮ 'ਚ ਜਿੱਥੇ ਤੱਕ ਲੱਗਦਾ ਵਾ ਕਿ ਦੋਨੋਂ ਕੰਟਰੀਜ਼ ਇੰਨੀਆਂ ਮੈਚੋਰ ਹੈਗੀਆਂ ਉਹ ਸੋਲਵ ਕਰ ਲੂਗੀ ਆ ਬਟ ਹਾਂ ਅਗਰ ਇਹ ਚੀਜ਼ ਵੱਧਦੀ ਆ ਜਾਂ ਇਹਨੂੰ ਟਾਈਮ ਲੱਗਦਾ ਵਾ ਫਿਰ ਕੋਈ ਇਫੈਕਟ ਆਉਂਦਾ ਹੈ ਲੈਟਸ ਸੀ ਬਟ ਆਈ ਡੋਂਟ ਥਿੰਕ ਕਿ ਇੱਥੇ ਕੋਈ ਵੀ ਇਫੈਕਟ ਸਟੂਡੈਂਟ ਵੀਜ਼ੇ ਤੇ ਆਏਗਾ ਸੋ ਸਟੂਡੈਂਟਸ ਇਹਦੇ ਤੇ ਨਜ਼ਰ ਬਣਾ ਕੇ ਰੱਖਾਂਗੇ ਕੋਈ ਵੀ ਅਪਡੇਟ ਹੋਊਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਪ੍ਰੈਜ਼ੈਂਟਲੀ ਪ੍ਰੋਸੈਸਿੰਗ ਟਾਈਮ ਕਿੰਨਾ ਚੱਲ ਰਿਹਾ ਕੈਨੇਡਾ ਸਰ ਦੇਖੋ ਪ੍ਰੈਜ਼ੈਂਟਲੀ ਪ੍ਰੋਸੈਸ ਟਾਈਮ ਬਹੁਤ ਵਧੀਆ ਚੱਲ ਰਿਹਾ ਵਾ ਆ ਨਿਊਜ਼ ਹੁਣ 2-3 ਦਿਨ ਤੋਂ ਤਾਂ ਹੈ ਹੀ ਆ ਉਹਦੇ ਬਾਵਜੂਦ ਵੀ ਵੀਜ਼ਾਸ ਆ ਰਹੇ ਆ ਆਈਆਰਸੀਸੀ ਨੇ ਕੋਈ ਆਫੀਸ਼ੀਅਲ ਸਾਈਟ ਤੇ ਅਨਾਊਂਸ ਨਹੀਂ ਕੀਤਾ ਕੋਈ ਟਾਈਮਿੰਗ ਨੂੰ ਫਰਕ ਨਹੀਂ ਪਿਆ ਕੋਈ ਪੋਰਟਲ ਨਹੀਂ ਬੰਦ ਹੋਇਆ ਕੁਝ ਵੀ ਇਦਾਂ ਦਾ ਨਹੀਂ ਹੋਇਆ ਐਜ਼ ਇਟ ਇਜ਼ ਸਮੂਥ ਚੱਲ ਰਿਹਾ ਵਾ ਐਜ਼ ਇਟ ਇਜ਼ ਵੀਜ਼ਾਸ ਆ ਰਹੇ ਆ ਸੋ ਸਟੂਡੈਂਟ ਨੂੰ ਬਿਲਕੁਲ ਇਸ ਚੀਜ਼ ਨੂੰ ਬਾਦਰ ਨਹੀਂ ਕਰਨਾ ਚਾਹੀਦਾ ਆਪਣੀ ਟਾਈਮ ਸਿਰ ਆਫਰ ਲੈਟਰ ਅਪਲਾਈ ਕਰਨ ਜਿਨ੍ਹਾਂ ਦੀਆਂ ਫੀਸਿਸ ਹੋਣ ਵਾਲੀਆਂ ਆਪਣੀਆਂ ਫੀਸਿਸ ਕਰਨ ਔਰ ਜਿਨ੍ਹਾਂ ਦੀਆਂ ਫਾਈਲ ਸਬਮਿਟ ਹੋਣ ਵਾਲੀ ਉਹ ਆਪਣੀ ਟਾਈਮ ਸਿਰ ਫਾਈਲ ਸਬਮਿਟ ਕਰਵਾਉਣ ਇਹ ਨਾ ਹੋਵੇ ਕਿ ਉਸ ਚੱਕਰ ਦੇ ਵਿੱਚ ਤੁਸੀਂ ਆਪਣਾ ਇਨਟੇਕ ਜਾਂ ਆਪਣਾ ਇਸ ਪ੍ਰੋਸੈਸ ਲਈ ਕੁਝ ਤੁਹਾਨੂੰ ਅੱਗੇ ਜਾ ਕੇ ਸਫਰ ਕਰਨਾ ਸੋ ਤਿਆਰੀ ਰੱਖੋ ਸਟੂਡੈਂਟਸ ਆਪਣੀ ਫਾਈਲਿੰਗ ਦੀ ਜਨਵਰੀ ਦੇ ਬਹੁਤ ਹੱਦ ਤੱਕ ਭਰ ਗਿਆ ਮੇਨ ਟੇਕ ਦੇ ਰਿਜ਼ਲਟ ਵੀ ਆਣੇ ਸ਼ੁਰੂ ਹੋ ਗਏ ਨੇ ਬੜੇ ਵਧੀਆ ਰਿਜ਼ਲਟ ਆ ਰਹੇ ਨੇ ਅੱਗੇ ਮੇ ਤੇ ਜਨਵਰੀ ਇਨਟੇਕ ਤੇ ਵੀ ਅਸੀਂ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ